ਜੀ ਅੱਜ ਸਾਡੇ ਕੋਲ ਯੂਨਿਟ 4 ਦਾ ਅਗਲਾ ਕੁਐਸਚਨ ਹੈ ਕੰਮ ਅਤੇ ਗੈਰ ਕੰਮਾਂ ਨੂੰ ਸਮਝਾਓ ਜਾਂ ਕੰਮ ਅਤੇ ਗੈਰ ਕੰਮਾਂ ਦੇ ਵਿੱਚ ਅੰਤਰ ਦੱਸੋ। ਹੁਣ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕੰਮ ਅਤੇ ਗੈਰ ਕੰਮ ਹੁੰਦੇ ਕੀ ਨੇ। ਕੰਮਾਂ ਨੂੰ ਜੇ ਅਸੀਂ ਦੇਖੇ ਜਾਈਏ ਤਾਂ ਕੰਮਾਂ ਨੂੰ ਅਲੱਗ ਅਲੱਗ ਜਗ੍ਹਾ 'ਤੇ ਅਲੱਗ ਅਲੱਗ ਤਰੀਕੇ ਨਾਲ ਇਸਤੇਮਾਲ ਕੀਤਾ ਜਾ ਸਕਦਾ ਹੈ। ਕੰਮ ਸ਼ਬਦ ਦੇ ਅਲੱਗ ਅਲੱਗ ਅਰਥ ਹੁੰਦੇ ਹਨ, ਪਰ ਜੇ ਅਸਲੀ ਸ਼ਬਦ ਦਾ ਮਤਲਬ ਦੇਖਿਆ ਜਾਵੇ ਤਾਂ ਇਹਦਾ ਮਤਲਬ ਹੁੰਦਾ ਹੈ ਸਮਾਜਿਕ ਵਿਵਸਥਾ ਨੂੰ ਜੋ ਅਨੁਕੂਲ ਬਣਾਉਂਦੇ ਹਨ, ਜਿਨ੍ਹਾਂ ਦੇ ਜਿਹੜੇ ਕੰਮ ਕਰਨ ਦੇ ਨਾਲ ਸਾਡੇ ਸਮਾਜ ਦੇ ਵਿੱਚ ਚੰਗੇ ਪ੍ਰਭਾਵ ਪੈਂਦੇ ਹਨ ਉਹਨਾਂ ਨੂੰ ਅਸੀਂ ਕੰਮ ਕਹਿੰਦੇ ਹਾਂ, ਅਤੇ ਜਿਹੜੇ ਗੈਰ ਕੰਮ ਹੁੰਦੇ ਹਨ ਉਹਨਾਂ ਦੇ ਨਤੀਜੇ ਸਮਾਜ ਦੇ ਅਨੁਕੂਲ ਨਹੀਂ ਹੁੰਦੇ, ਇਹ ਸਮਾਜ ਦੇ ਵਿਰੋਧ ਵਿੱਚ ਹੁੰਦੇ ਹਨ। ਜੇਕਰ ਸਮਾਜਿਕ ਰਚਨਾ ਦੀ ਕੋਈ ਵੀ ਇਕਾਈ ਭੂਮਿਕਾ ਮੁੱਲ ਉਸਦੀਆਂ ਰਚਨਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਵਿੱਚ ਆਪਣਾ ਯੋਗਦਾਨ ਦਿੰਦੀ ਹੈ ਤਾਂ ਉਸ ਭੂਮਿਕਾ ਨੂੰ ਅਸੀਂ ਕੰਮ ਕਹਿੰਦੇ ਹਾਂ। ਪਰ ਜੇ ਸਮਾਜਿਕ ਰਚਨਾ ਦੇ ਵਿੱਚ ਕੋਈ ਵੀ ਚੀਜ਼ ਰੁਕਾਵਟ ਪਾ ਰਹੀ ਹੈ ਜਾਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਵਿੱਚ ਯੋਗਦਾਨ ਪਾਉਣ ਦੀ ਬਜਾਏ ਉਹਦੇ ਵਿੱਚ ਰੁਕਾਵਟ ਪਾਵੇ ਤਾਂ ਉਸਨੂੰ ਅਸੀਂ ਗੈਰ ਕੰਮ ਕਹਿੰਦੇ ਹਾਂ। ਕੰਮ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਸਮਾਜਿਕ ਮਾਨਤਾ ਪ੍ਰਾਪਤ ਹੁੰਦੀ ਹੈ, ਜਿਨ੍ਹਾਂ ਦੇ ਨਾਲ ਸਮਾਜ ਨੂੰ ਕੋਈ ਠੇਸ ਨਹੀਂ ਪਹੁੰਚਦੀ, ਜਦਕਿ ਗੈਰ ਕੰਮਾਂ ਨੂੰ ਸਮਾਜ ਦੇ ਵਿੱਚ ਕੋਈ ਮਾਨਤਾ ਪ੍ਰਾਪਤ ਨਹੀਂ ਹੁੰਦੀ, ਇਹਨਾਂ ਨਾਲ ਸਮਾਜ ਨੂੰ ਕਿਸੇ ਨਾ ਕਿਸੇ ਤਰ੍ਹਾਂ ਠੇਸ ਪਹੁੰਚਦੀ ਹੈ। ਜੇ ਅਸੀਂ ਇੱਕ ਵਿਦਵਾਨ ਦੀ ਗੱਲ ਕਰੀਏ ਤਾਂ ਜੌਨਸਨ ਨੇ ਕਹਿੰਦੇ ਹਨ, ਜੇਕਰ ਕੋਈ ਵੀ ਆਰਥਿਕ ਢਾਂਚਾ ਜਾਂ ਕੋਈ ਉਪ ਸਮੂਹ ਜ਼ਰੂਰਤਾਂ ਦੀ ਪੂਰਤੀ ਕਰਨ ਵਿੱਚ ਯੋਗਦਾਨ ਦੇਣ ਤਾਂ ਇਸਨੂੰ ਅਸੀਂ ਕੰਮ ਕਹਿੰਦੇ ਹਾਂ, ਅਤੇ ਜੇਕਰ ਇਹਨਾਂ ਦੇ ਵਿੱਚੋਂ ਹੀ ਜ਼ਰੂਰਤਾਂ ਨੂੰ ਪੂਰਾ ਹੋਣ ਵਿੱਚ ਕੋਈ ਕੰਮ ਰੁਕਾਵਟ ਪੈਦਾ ਕਰੇ ਤਾਂ ਉਸਨੂੰ ਅਸੀਂ ਗੈਰ ਕੰਮ ਕਹਿੰਦੇ ਹਾਂ। ਤਾਂ ਇਸ ਤਰ੍ਹਾਂ ਜਿਹੜੇ ਕੰਮ ਹੁੰਦੇ ਹਨ ਉਹ ਪੋਜ਼ਿਟਿਵ ਤਰ੍ਹਾਂ ਦੇ ਹੁੰਦੇ ਹਨ, ਪੋਜ਼ਿਟਿਵ ਕੰਮਾਂ ਨੂੰ ਅਸੀਂ ਕੰਮ ਕਹਿੰਦੇ ਹਾਂ, ਜਦਕਿ ਜੋ ਨੈਗੇਟਿਵ ਐਨਰਜੀ ਕਰਕੇ ਹੋ ਰਹੇ ਹੋਣ ਜਾਂ ਨੈਗੇਟਿਵ ਤਰੀਕੇ ਨਾਲ ਕੀਤੇ ਜਾਣ ਉਹਨਾਂ ਨੂੰ ਅਸੀਂ ਗੈਰ ਕੰਮ ਕਹਿੰਦੇ ਹਾਂ। ਸਮਾਜ ਦੇ ਵਿੱਚ ਸਿਰਫ ਕੰਮਾਂ ਨੂੰ ਸਹੀ ਮੰਨਿਆ ਜਾਂਦਾ ਹੈ, ਜਦਕਿ ਗੈਰ ਕੰਮਾਂ ਨੂੰ ਅਨੁਚਿਤ ਮੰਨਿਆ ਜਾਂਦਾ ਹੈ। ਜਿਹੜੇ ਗੈਰ ਕੰਮ ਹੁੰਦੇ ਹਨ ਉਹ ਸਮਾਜ ਦੇ ਵਿਰੋਧੀ ਹੁੰਦੇ ਹਨ, ਕੰਮ ਨੇ ਉਹ ਸਮਾਜ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ, ਸੰਗਠਨ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ, ਜਦਕਿ ਇਨਸਾਨ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ। ਅਤੇ ਜਿਹੜੇ ਗੈਰ ਕੰਮ ਹਨ ਉਹ ਜ਼ਰੂਰਤਾਂ ਤਾਂ ਪੂਰੀਆਂ ਕਰਦੇ ਹਨ ਪਰ ਉਹਨਾਂ ਨੂੰ ਸਮਾਜ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਮਾਨਤਾ ਨਹੀਂ ਪ੍ਰਾਪਤ ਹੁੰਦੀ, ਨਾ ਹੀ ਕਾਨੂੰਨ ਦੀਆਂ ਨਜ਼ਰਾਂ ਵਿੱਚ ਉਸ ਨੂੰ ਕੋਈ ਚੰਗਾ ਕੰਮ ਸਮਝਿਆ ਜਾਂਦਾ ਹੈ। ਦੋਨੋਂ ਤਰ੍ਹਾਂ ਦੇ ਕੰਮ ਜਿਹੜੇ ਹੁੰਦੇ ਹਨ ਇਹ ਗਤੀਸ਼ੀਲ ਹੁੰਦੇ ਹਨ, ਮਤਲਬ ਚੇਂਜ ਵੀ ਹੁੰਦੇ ਰਹਿੰਦੇ ਨੇ ਅਤੇ ਇਹਨਾਂ ਦੇ ਵਿੱਚ ਪਰਿਵਰਤਨ ਆਉਂਦਾ ਰਹਿੰਦਾ, ਇਹ ਸਮਾਜ ਦੇ ਵਿੱਚ ਨਾਲ ਨਾਲ ਚੱਲਦੇ ਰਹਿੰਦੇ ਹਨ। ਅਤੇ ਹੁਣ ਜੇ ਗੱਲ ਕਰੀਏ ਸਨਮਾਨਿਤ ਕਰਨ ਦੀ, ਤਾਂ ਜਿਹੜੇ ਕੰਮ ਹੁੰਦੇ ਹਨ ਉਹਨਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਜਦਕਿ ਗੈਰ ਕੰਮਾਂ ਨੂੰ ਰੋਕਣ ਦੇ ਲਈ ਇਸ ਦੇ ਵਿੱਚ ਕਾਨੂੰਨ ਦੁਆਰਾ ਸਜ਼ਾ ਵੀ ਦਿੱਤੀ ਜਾਂਦੀ ਹੈ।